ਇਹ ਹੁਣ ਮੈਂ ਆਏ ਸੰਡੇ ਨੂੰ ਪਹਿਲਾਂ ਮਤਲਬ ਪਬਲਿਕ ਨੂੰ ਸੰਬੋਧਨ ਕਰਦੇ ਸੀ ਹੈ ਨਾ ਮੈਂ ਇਹ ਗੱਲ ਨੂੰ ਮਹਿਸੂਸ ਕੀਤਾ ਵੀ ਆਪਾਂ ਨੂੰ ਹਰੇਕ ਸੰਡੇ ਕੋਈ ਨਵਾਂ ਬਿਆਨ ਨਹੀਂ ਜਾਰੀ ਕਰਨਾ ਚਾਹੀਦਾ ਕਿ ਜਿਹੜੀ ਗੱਲ ਆਪਾਂ ਪਹਿਲਾਂ ਮੂੰਹ ਚੋਂ ਕੱਢੀ ਹੈ ਉਹ ਆਪਾਂ ਪੂਰੀ ਕਰੀਏ ਔਰ ਜਿਹੜਾ ਪ੍ਰੋਪਰਲੀ ਜਿੰਨਾ ਆਪਾਂ ਸਮਾਂ ਦਿੱਤਾ ਹੈ ਪ੍ਰਸ਼ਾਸਨ ਨੂੰ ਨਾ ਟਾਈਮ ਦੇਈਏ ਵੀ ਆਪਾਂ ਇੱਕ ਮਹੀਨੇ ਦੇ ਵਿੱਚ ਜੇ ਕੋਈ ਆਪਾਂ ਨੂੰ ਲੱਗਦਾ ਰਿਹਾ ਵੀ ਆਪਣੀ ਗੱਲ ਤੇ ਬਿਲਕੁਲ ਵਿਚਾਰ ਹੀ ਨਹੀਂ ਕੀਤਾ ਗਿਆ ਫਿਰ ਆਪਾਂ ਕੋਈ ਅਗਲੀ ਗੱਲ ਕਰੀਏ ਉਸ ਦੇ ਲਈ ਫਿਰ ਜਦੋਂ ਸੰਗਤ ਆਉਂਦੀ ਹੈ ਕਈ ਵਾਰੀ ਮੈਂ ਘਰੇ ਹੁੰਨਾ ਵੀ ਆ ਕਈ ਵਾਰੀ ਨਹੀਂ ਹੁੰਦਾ ਕਈਆਂ ਨੂੰ ਮਿਲ ਲੈਣਾ ਕਈ ਨੂੰ ਨਹੀਂ ਮਿਲ ਪਾਇਆ ਜਾਂਦਾ ਤਾਂ ਉਹਦੇ ਲਈ ਫਿਰ ਅਸੀਂ ਕੀਤਾ ਵੀ ਇੱਕ ਆਪਾਂ ਰਜਿਸਟਰ ਲਾਈਏ ਵੀ ਹਰ ਇੱਕ ਬੰਦੇ ਆਪਦੀ ਭਾਵਨਾਵਾਂ ਲਿਖਣੀ ਚਾਹੁੰਦੇ ਉਹਦੇ ਵਿੱਚ ਵੀ ਅਸੀਂ ਆਏ ਆ ਸਿੱਧੂ ਰਜਿਸਟਰ ਦੇ ਵਿੱਚ ਅਸੀਂ ਵੀ ਤੁਹਾਡੇ ਬਰਾਬਰ ਦੇ ਸ਼ਰੀਕ ਆ ਅਸੀਂ ਉਹਨਾਂ ਨੂੰ ਆਪਣੀ ਮਹਿੰਮ ਦੇ ਵਿੱਚ ਨਾਲ ਲੈਣ ਦੀ ਖਾਤਰ ਵੀ ਹਰ ਇੱਕ ਸਿੱਧੂ ਦੇ ਜਿਹੜੇ ਫੈਨ ਦਾ ਮੈਂ ਨਹੀਂ ਕਹੂੰਗਾ ਭੈਣ ਭਰਾ ਹੀ ਨੇ ਉਹਦੇ ਸਾਰੇ ਵੀ ਉਹ ਸਾਡੀ ਮਹਿੰਮ ਦਾ ਹਿੱਸਾ ਬਣਨ ਤੇ ਆਪਣੇ ਸਿਗਨੇਚਰ ਕਰਨ ਤੇ ਮੇ ਵੀ ਵੀ ਲੱਖ ਤੋਂ ਉੱਤੇ ਅਸੀਂ ਥੋੜੇ ਦਿਨਾਂ 'ਚ ਹੀ ਕਰ ਦਿਆਂਗੇ ਇਹਨੂੰ ਥੋੜੇ ਚਿਰ 'ਚ ਹੀ ਤੇ ਉਸ ਤੋਂ ਬਾਅਦ ਅਸੀਂ ਕੋਰਟ ਦੇ ਅੱਗੇ ਰੱਖੀਏ ਵੀ ਇਕੱਲਾ ਸਿੱਧੂ ਸਾਡਾ ਨਹੀਂ ਸੀ ਸਿੱਧੂ ਇਹਨਾਂ ਲੋਕਾਂ ਦਾ ਵੀ ਜੱਜ ਸਾਹਿਬ ਨੂੰ ਬੇਨਤੀ ਕਰਾਂ ਇਹ ਹੁਣ ਮੈਂ ਆਏ ਸੰਡੇ ਨੂੰ ਪਹਿਲਾਂ ਮਤਲਬ ਪਬਲਿਕ ਨੂੰ ਸੰਬੋਧਨ ਕਰਦੇ ਸੀ ਹੈ ਨਾ ਮੈਂ ਇਹ ਗੱਲ ਨੂੰ ਮਹਿਸੂਸ ਕੀਤਾ ਵੀ ਆਪਾਂ ਨੂੰ ਹਰੇਕ ਸੰਡੇ ਕੋਈ ਨਵਾਂ ਬਿਆਨ ਨਹੀਂ ਜਾਰੀ ਕਰਨਾ ਚਾਹੀਦਾ ਕਿ ਜਿਹੜੀ ਗੱਲ ਆਪਾਂ ਪਹਿਲਾਂ ਮੂੰਹ ਚੋਂ ਕੱਢੀ ਹੈ ਉਹ ਆਪਾਂ ਪੂਰੀ ਕਰੀਏ ਔਰ ਜਿਹੜਾ ਪ੍ਰੋਪਰਲੀ ਜਿੰਨਾ ਆਪਾਂ ਸਮਾਂ ਦਿੱਤਾ ਹੈ ਪ੍ਰਸ਼ਾਸਨ ਨੂੰ ਨਾ ਟਾਈਮ ਦੇਈਏ ਵੀ ਆਪਾਂ ਇੱਕ ਮਹੀਨੇ ਦੇ ਵਿੱਚ ਜੇ ਕੋਈ ਆਪਾਂ ਨੂੰ ਲੱਗਦਾ ਰਿਹਾ ਵੀ ਆਪਣੀ ਗੱਲ ਤੇ ਬਿਲਕੁਲ ਵਿਚਾਰ ਹੀ ਨਹੀਂ ਕੀਤਾ ਗਿਆ ਫਿਰ ਆਪਾਂ ਕੋਈ ਅਗਲੀ ਗੱਲ ਕਰੀਏ ਉਸ ਦੇ ਲਈ ਫਿਰ ਜਦੋਂ ਸੰਗਤ ਆਉਂਦੀ ਹੈ ਕਈ ਵਾਰੀ ਮੈਂ ਘਰੇ ਹੁੰਨਾ ਵੀ ਆ ਕਈ ਵਾਰੀ ਨਹੀਂ ਹੁੰਦਾ ਕਈਆਂ ਨੂੰ ਮਿਲ ਲੈਣਾ ਕਈ ਨੂੰ ਨਹੀਂ ਮਿਲ ਪਾਇਆ ਜਾਂਦਾ ਤਾਂ ਉਹਦੇ ਲਈ ਫਿਰ ਅਸੀਂ ਕੀਤਾ ਵੀ ਇੱਕ ਆਪਾਂ ਰਜਿਸਟਰ ਲਾਈਏ ਵੀ ਹਰ ਇੱਕ ਬੰਦੇ ਆਪਦੀ ਭਾਵਨਾਵਾਂ ਲਿਖਣੀ ਚਾਹੁੰਦੇ ਉਹਦੇ ਵਿੱਚ ਵੀ ਅਸੀਂ ਆਏ ਆ ਸਿੱਧੂ ਰਜਿਸਟਰ ਦੇ ਵਿੱਚ ਅਸੀਂ ਵੀ ਤੁਹਾਡੇ ਬਰਾਬਰ ਦੇ ਸ਼ਰੀਕ ਆ ਅਸੀਂ ਉਹਨਾਂ ਨੂੰ ਆਪਣੀ ਮਹਿੰਮ ਦੇ ਵਿੱਚ ਨਾਲ ਲੈਣ ਦੀ ਖਾਤਰ ਵੀ ਹਰ ਇੱਕ ਸਿੱਧੂ ਦੇ ਜਿਹੜੇ ਫੈਨ ਦਾ ਮੈਂ ਨਹੀਂ ਕਹੂੰਗਾ ਭੈਣ ਭਰਾ ਹੀ ਨੇ ਉਹਦੇ ਸਾਰੇ ਵੀ ਉਹ ਸਾਡੀ ਮਹਿੰਮ ਦਾ ਹਿੱਸਾ ਬਣਨ ਤੇ ਆਪਣੇ ਸਿਗਨੇਚਰ ਕਰਨ ਤੇ ਮੇ ਵੀ ਲੱਖ ਤੋਂ ਉੱਤੇ ਅਸੀਂ ਥੋੜੇ ਦਿਨਾਂ 'ਚ ਹੀ ਕਰ ਦਿਆਂਗੇ ਇਹਨੂੰ ਥੋੜੇ ਚਿਰ 'ਚ ਹੀ ਤੇ ਉਸ ਤੋਂ ਬਾਅਦ ਅਸੀਂ ਕੋਰਟ ਦੇ ਅੱਗੇ ਰੱਖੀਏ ਵੀ ਇਕੱਲਾ ਸਿੱਧੂ ਸਾਡਾ ਨਹੀਂ ਸੀ ਸਿੱਧੂ ਇਹਨਾਂ ਲੋਕਾਂ ਦਾ ਵੀ ਜੱਜ ਸਾਹਿਬ ਨੂੰ ਬੇਨਤੀ ਕਰਾਂ ਇਹ ਹੁਣ ਮੈਂ ਆਏ ਸੰਡੇ ਨੂੰ ਪਹਿਲਾਂ ਮਤਲਬ ਪਬਲਿਕ ਨੂੰ ਸੰਬੋਧਨ ਕਰਦੇ ਸੀ ਹੈ ਨਾ ਮੈਂ ਇਹ ਗੱਲ ਨੂੰ ਮਹਿਸੂਸ ਕੀਤਾ ਵੀ ਆਪਾਂ ਨੂੰ ਹਰੇਕ ਸੰਡੇ ਕੋਈ ਨਵਾਂ ਬਿਆਨ ਨਹੀਂ ਜਾਰੀ ਕਰਨਾ ਚਾਹੀਦਾ ਕਿ ਜਿਹੜੀ ਗੱਲ ਆਪਾਂ ਪਹਿਲਾਂ ਮੂੰਹ ਚੋਂ ਕੱਢੀ ਹੈ ਉਹ ਆਪਾਂ ਪੂਰੀ ਕਰੀਏ ਔਰ ਜਿਹੜਾ ਪ੍ਰੋਪਰਲੀ ਜਿੰਨਾ ਆਪਾਂ ਸਮਾਂ ਦਿੱਤਾ ਹੈ ਪ੍ਰਸ਼ਾਸਨ ਨੂੰ ਨਾ ਟਾਈਮ ਦੇਈਏ ਵੀ ਆਪਾਂ ਇੱਕ ਮਹੀਨੇ ਦੇ ਵਿੱਚ ਜੇ ਕੋਈ ਆਪਾਂ ਨੂੰ ਲੱਗਦਾ ਰਿਹਾ ਵੀ ਆਪਣੀ ਗੱਲ ਤੇ ਬਿਲਕੁਲ ਵਿਚਾਰ ਹੀ ਨਹੀਂ ਕੀਤਾ ਗਿਆ ਫਿਰ ਆਪਾਂ ਕੋਈ ਅਗਲੀ ਗੱਲ ਕਰੀਏ ਉਸ ਦੇ ਲਈ ਫਿਰ ਜਦੋਂ ਸੰਗਤ ਆਉਂਦੀ ਹੈ ਕਈ ਵਾਰੀ ਮੈਂ ਘਰੇ ਹੁੰਨਾ ਵੀ ਆ ਕਈ ਵਾਰੀ ਨਹੀਂ ਹੁੰਦਾ ਕਈਆਂ ਨੂੰ ਮਿਲ ਲੈਣਾ ਕਈ ਨੂੰ ਨਹੀਂ ਮਿਲ ਪਾਇਆ ਜਾਂਦਾ ਤਾਂ ਉਹਦੇ ਲਈ ਫਿਰ ਅਸੀਂ ਕੀਤਾ ਵੀ ਇੱਕ ਆਪਾਂ ਰਜਿਸਟਰ ਲਾਈਏ ਵੀ ਹਰ ਇੱਕ ਬੰਦੇ ਆਪਦੀ ਭਾਵਨਾਵਾਂ ਲਿਖਣੀ ਚਾਹੁੰਦੇ ਉਹਦੇ ਵਿੱਚ ਵੀ ਅਸੀਂ ਆਏ ਆ ਸਿੱਧੂ ਰਜਿਸਟਰ ਦੇ ਵਿੱਚ ਅਸੀਂ ਵੀ ਤੁਹਾਡੇ ਬਰਾਬਰ ਦੇ ਸ਼ਰੀਕ ਆ ਅਸੀਂ ਉਹਨਾਂ ਨੂੰ ਆਪਣੀ ਮਹਿੰਮ ਦੇ ਵਿੱਚ ਨਾਲ ਲੈਣ ਦੀ ਖਾਤਰ ਵੀ ਹਰ ਇੱਕ ਸਿੱਧੂ ਦੇ ਜਿਹੜੇ ਫੈਨ ਦਾ ਮੈਂ ਨਹੀਂ ਕਹੂੰਗਾ ਭੈਣ ਭਰਾ ਹੀ ਨੇ ਉਹਦੇ ਸਾਰੇ ਵੀ ਉਹ ਸਾਡੀ ਮਹਿੰਮ ਦਾ ਹਿੱਸਾ ਬਣਨ ਤੇ ਆਪਣੇ ਸਿਗਨੇਚਰ ਕਰਨ ਤੇ ਮੇ ਵੀ ਲੱਖ ਤੋਂ ਉੱਤੇ ਅਸੀਂ ਥੋੜੇ ਦਿਨਾਂ 'ਚ ਹੀ ਕਰ ਦਿਆਂਗੇ ਇਹਨੂੰ ਥੋੜੇ ਚਿਰ 'ਚ ਹੀ ਤੇ ਉਸ ਤੋਂ ਬਾਅਦ ਅਸੀਂ ਕੋਰਟ ਦੇ ਅੱਗੇ ਰੱਖੀਏ ਵੀ ਇਕੱਲਾ ਸਿੱਧੂ ਸਾਡਾ ਨਹੀਂ ਸੀ ਸਿੱਧੂ ਇਹਨਾਂ ਲੋਕਾਂ ਦਾ ਵੀ ਜੱਜ ਸਾਹਿਬ ਨੂੰ ਬੇਨਤੀ ਕਰਾਂ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ ਯੂਟਿਊਬ ਚੈਨਲ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਕਰੋ